ਸੋ ਅੱਜ ਅਸੀਂ ਜਿਹੜਾ ਦੋ ਦਿਨਾਂ ਬਾਅਦ 78ਵਾਂ ਆਜ਼ਾਦੀ ਦਿਵਸ ਮਨਾਉਣ ਲੱਗੇ ਹਾਂ, ਉਹਦਾ ਫੁੱਲ ਡਰੈਸ ਰਿਹਰਸਲ ਅਸੀਂ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਕੀਤਾ। ਸੋ ਉਸ ਦਿਨ ਜਿਹੜਾ ਇੰਡੀਪੈਂਡੈਂਸ ਡੇ ਦੀ ਜਿਹੜੀ ਵਿੱਚ ਚੀਫ ਗੈਸਟ ਵਜੋਂ ਸ਼੍ਰੀ ਗੁਰਮੀਤ ਸਿੰਘ ਜੀ ਖੁੱਡੀਆਂ, ਜਿਹੜੇ ਪੰਜਾਬ ਦੇ ਐਗਰੀਕਲਚਰ ਮਿਨਿਸਟਰ ਹੈ, ਉਹ ਉਸ ਦਿਨ ਝੰਡਾ ਲਹਿਰਾਉਣਗੇ। ਸੋ ਸਾਰੀ ਤਿਆਰੀਆਂ ਮੁਕੰਮਲ ਹੈ, ਪੁਲਿਸ ਦੀ ਵੀ ਬੜੀ ਸਿਕਿਉਰਿਟੀ ਦੇ ਪ੍ਰਬੰਧ ਕੀਤੇ ਗਏ ਨੇ, ਅਤੇ ਇੱਥੇ CCTV ਸਰਵੇਲੈਂਸ ਦਾ ਵੀ ਅਸੀਂ ਪ੍ਰਬੰਧ ਕਰਾਂਗੇ ਤਾਂ ਕਿ ਸਾਰੀ ਥਾਂ 'ਤੇ CCTV ਸਰਵੇਲੈਂਸ ਵੀ ਕੀਤੀ ਜਾਵੇ। ਵੱਖ ਵੱਖ ਸਕੂਲਾਂ ਦੇ ਵਿੱਚ ਤੁਸੀਂ ਦੇਖਿਆ ਵੀ ਅਪਾਰਟ ਫਰੋਮ ਪੰਜਾਬ ਹੋਮਗਾਰਡਸ, ਪੰਜਾਬ ਪੁਲਿਸ ਦੀ ਟਿੰਗੀਆਂ ਤੋਂ ਇਲਾਵਾ ਘੱਟੋ ਘੱਟ ਇੱਥੇ 7-8 ਸਕੂਲਾਂ ਦੇ ਵਿੱਚੋਂ NSS ਦੇ ਸਕਾਊਟਸ ਦੇ ਬੱਚਿਆਂ ਨੇ ਵੀ ਸ਼ਾਮਿਲ ਕੀਤਾ, ਅਤੇ 7 ਕਲਚਰਲ ਆਈਟਮਸ ਨੇ, ਅਤੇ ਉਹਦੇ ਇੰਕਲੂਡਿੰਗ ਗਿੱਧਾ ਐਂਡ ਭੰਗੜਾ। ਉਸ ਤੋਂ ਇਲਾਵਾ ਜਿਹੜੀ ਉਸ ਦਿਨ ਸਾਰੀ ਜਿਹੜੀ ਅੱਛੀ ਸਾਡੇ ਅੰਮ੍ਰਿਤਸਰ ਦੀ ਪ੍ਰੋਮੀਨੈਂਟ ਸ਼ਖਸੀਅਤਾਂ ਨੇ ਐਂਡ ਗੌਰਮੈਂਟ ਮੁਲਾਜ਼ਮ, ਉਹਨੂੰ ਸਾਰਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਆਜ਼ਾਦੀ ਗੁਲਾਟੀਆਂ ਦੇ ਪਰਿਵਾਰਾਂ ਨੂੰ ਜਿਹੜਾ ਹੈਗਾ ਉਹ ਕੀਤਾ ਜਾਵੇਗਾ ਸਨਮਾਨਿਤ, ਐਂਡ ਜਿਹੜੇ ਹੈਗੇ ਟ੍ਰਾਈਸਾਈਕਲਾਂ ਅਤੇ ਹੋਰ ਇਸ ਦੀ ਵੰਡ ਕੀਤੀ ਜਾਊਗੀ, ਅਤੇ ਸਾਰੇ ਜਿਹੜੇ ਹੈਗੇ ਪ੍ਰਬੰਧ ਜਿਹੜੇ ਮੁਕੰਮਲ ਨੇ। ਕੁਛ ਕੁਛ ਅਸੀਂ ਇੰਪਰੂਵਮੈਂਟਸ ਲਈ ਦੱਸਿਆ ਜਿਹੜੇ ਪਰੇਡ ਕਮਾਂਡਰ ਨੂੰ, ਅਤੇ ਕੁਛ ਕੁਛ ਕਮੀਆਂ ਉਹਨਾਂ ਨੂੰ ਵੀ ਠੀਕ ਕਰ ਲਿੱਤਾ ਜਾਵੇ, ਕਿਉਂਕਿ ਕੱਲ੍ਹ ਦਾ ਵੀ ਦਿਨ ਸਾਡੇ ਕੋਲ ਹੈ। ਸਰ ਕਿੰਨੇ ਸਕੂਲ ਦੇ ਬੱਚੇ ਅਤੇ ਕਿੰਨੇ ਕੁ ਬੱਚੇ ਹੋਣਗੇ ਟੋਟਲ? ਦੇਖੋ ਇਹ ਬਾਕੀ ਇਨਫੋਰਮੇਸ਼ਨ ਜਿੱਦਾਂ ਤੁਸੀਂ ਦੇਖੋਗੇ ਕਿ ਇਕੱਲੇ ਗਿੱਧੇ ਦਾ ਜਿਹੜਾ ਆਈਟਮ ਹੈ 250 ਬੱਚਿਆਂ ਦੇ ਉੱਤੇ ਹੀ ਹੈ। ਸੋ ਮੈਂ ਸਮਝਦਾ ਤਕਰੀਬਨ ਇੱਥੇ 1000 ਬੱਚੇ ਦੀ ਪਾਰਟੀਸਪੇਸ਼ਨ ਕਲਚਰਲ ਆਈਟਮਸ ਦੇ ਵਿੱਚ ਹੋਜੂਗੀ, ਅਤੇ ਉਸ ਤੋਂ ਇਲਾਵਾ ਮੈਨੂੰ ਲੱਗਦਾ 500 ਦੇ ਬੱਚੇ ਜਿਹੜੇ ਹੈਗੇ ਉਹ ਪਰੇਡ ਦੇ ਵਿੱਚ ਸ਼ਾਮਿਲ ਹੋਣਗੇ, ਅਤੇ ਤਕਰੀਬਨ 1500 ਬੱਚੇ ਜਿਹੜੇ ਹੈ ਉਹ ਵੀ ਪਾਰਟੀਸਪੇਟ ਕਰੀ ਸਟੇਜ ਦੇ ਵਿੱਚ ਹੋਣਗੇ। ਸਿਰਫ ਅੰਮ੍ਰਿਤਸਰ ਦੇ ਮੁਲਾਜ਼ਮਾਂ ਦੀ ਡਿਊਟੀ ਲਗਾਈ ਹੈ ਕਿ ਬਾਹਰੋਂ ਵੀ ਮੁਲਾਜ਼ਮਾਂ? ਨਹੀਂ, ਇੱਥੇ ਲੋਕਲੀ ਮੁਲਾਜ਼ਮਾਂ ਦੀ ਡਿਊਟੀ। ਆਮ ਪਬਲਿਕ ਲਈ ਕੀ ਵੇ ਹੈਗਾ ਇੱਥੇ ਆਉਣ ਦਾ, ਕੋਈ ਉਹਨਾਂ ਨੂੰ? ਉਹ ਤੁਸੀਂ ਮੈਨੂੰ ਲੱਗਦਾ ਅੱਜ ਸਾਡੇ ਜਿਹੜੇ ਹੈਗੇ DCP ਸਾਹਿਬ ਵੀ ਇੱਥੇ ਨੇ, ਜਿਹੜਾ ਰੂਟ ਵਗੈਰਾ ਹੈ ਉਹਨਾਂ ਤੋਂ ਤੁਸੀਂ ਜਾਣਕਾਰੀ ਲੈ ਸਕਦੇ।